ਸਤਿਕਾਲ ਜੀ ਮੈਂ ਨਾ ਆਪਣਾ ਗੁੱਪੀ ਕਾਪੜ ਕੇੜੀ ਵਾਲਾ ਤੇ ਆਪਾਂ ਹੋ ਗਏ ਤਿਆਰ ਕੀ ਬਾਤ ਆਪਾਂ ਚਾਹ ਪੀ ਕੇ ਚੱਲੇ ਆ ਮੈਚ ਖੇਡਣ ਮੈਂ ਬਹੁਤ ਲੇਟ ਹੋ ਗਿਆ ਉਹ ਟੀਮ ਵਾਲੇ ਮੇਰੇ ਪਹੁੰਚ ਗਏ ਉੱਥੇ ਤੇ ਆਪਾਂ ਛੁੱਟੀ ਤੀ ਚੱਲੀ ਉੱਥੇ ਮੈਚ ਵੇਖਣ ਹਾਂਜੀ ਆ ਮੇਰੀ ਬਾਈਕ ਇੱਥੇ ਆਪਾਂ ਬੈਕ ਤੇ ਜਾਵਾਂਗੇ ਤੇ ਮੰਮਾ ਨੀ ਇੱਧਰ ਆ ਤੇ ਆਪਾਂ ਚੱਲੇ ਆ ਮੈਚ ਖੇਡਣ ਹਾਂਜੀ ਇੱਥੇ ਮੈਚ ਹੁੰਦੇ ਸਾਡੇ ਇੱਥੇ ਅੱਜ ਇੱਥੇ ਆਉਂਦੇ ਪਤਾ ਨੀ ਕਿ ਦਿਹਾੜੀ ਵਿੱਚ ਲੱਗੀ ਆ ਇਹਨਾਂ ਨੇ ਪਤਾ ਮੈਂ ਲੇਟ ਹੋ ਗਿਆ ਤੇ ਭਾਜੀ ਨੇ ਮੈਚ ਚਾਲੂ ਹੋ ਗਿਆ ਮੈਂ ਕਾਫੀ ਲੇਟ ਹੋਇਆ ਹਾਂ ਸਾਡੀ ਪਿੱਚ ਇੱਥੇ ਮੈਚ ਹੁੰਦਾ ਇਹ ਹੈਗਾ ਸਾਡਾ ਉਸਤਾਦ ਭਾਈ ਆਪਣਾ ਨਾਂ ਕੀ ਆ ਮੇਰਾ ਨਾਂ ਸੰਦੀਪ ਉਦਾਂ ਮੈਨੂੰ ਪੂਰੀ ਭਾ ਕਹਿੰਦੇ ਹਾਂ ਯੂ ਆਰ ਰਾਈਟ ਸਾਡਾ ਮੈਚ ਜਿਹਾ ਚੱਲਣਾ ਮੈਂ ਤੁਸੀਂ ਬੜੀ ਦੇ ਖਾਣ ਹਨਾ ਕੀ ਕਰ ਸਕਦੇ ਹਾਂ ਨਵੀਂ ਥਾਂ ਤੇ ਆਏ ਸਾਨੂੰ ਪਤਾ ਨੀ ਉਦਾਂ ਡਰ ਬੜਾ ਲੱਗਦਾ ਪਿਆ ਸਾਨੂੰ ਅਸੀਂ ਖਾਣ ਦੇ ਮੈਂ ਭਾਜੀ ਮੈਂ ਇਹਦੇ ਵਿੱਚ ਹੀ ਖਾਣ ਦਿਆ ਭੁੱਖ ਬਹੁਤ ਲੱਗੀ ਨਾ ਹੈਨਾ ਹਾਂਜੀ ਉਹਨਾਂ ਨੇ ਮਾਰੀ 160 ਤੇ ਅਸੀਂ ਹੁਣ ਟਾਰਗੇਟ ਉਹਨਾਂ ਨੇ ਦੇਤਾ ਹੁਣ ਅਸੀਂ ਮਾਰਨੀ ਆ 160 ਮਾਰਨੀ ਆ 161 ਤੇ ਭਾਜੀ ਨੀ ਹੁੰਦੇ ਆ ਤਿਆਰ ਅਭੀ ਹੁੰਦੇ ਤਿਆਰ ਸਰ ਆਹ ਸਾਡੀ ਗੱਡੀ ਆ ਆਹ ਤਾਰ ਭਾਜੀ ਦੀ ਅਭੀ ਸਾਡੇ ਮੋਟਰਸਾਈਕਲ ਹਾਂਜੀ ਭਾਜੀ ਆਪਣਾ ਨਾਂ ਦੱਸੋ ਤੇ ਆਪਣਾ ਭਾਜੀ ਕਰਮਵੀਰ ਸਿੰਘ ਕਰਮਵੀਰ ਆਹ ਭਾਜੀ ਨੀ ਭਾਜੀ ਤੁਹਾਡਾ ਨਾਂ ਕੀ ਆ ਅਮਨਪ੍ਰੀਤ ਭਾਜੀ ਤੁਹਾਡਾ ਓ ਪ੍ਰੀਤ ਭਾਜੀ ਭਾਜੀ ਹਾਂਜੀ ਅਸੀਂ ਲੈਮਨ ਪੀਂਦੇ ਆ ਮੇਰਾ ਵੀਰ ਆ ਵੱਡਾ ਤੇ ਨਾਂ ਦੱਸ ਦਿਓ ਆਪਣਾ ਵੀਰ ਜੀ ਪਾਲਾ ਜੀ ਪਾਲਾ ਕਿੱਥੋਂ ਦਾ ਗੁਰੂ ਕੀ ਬਡਾਲੀ ਹਾਂ ਗੁਰੂ ਕੀ ਬਡਾਲੀ ਜੇ ਤੁਸੀਂ ਜਾਣਦੇ ਤੇ ਕਮੈਂਟ ਕਰ ਦਿਓ ਹਾਂ ਭਾਜੀ ਨੀ ਜਾਣ ਲੱਗੇ ਆ ਓਪਨਿੰਗ ਨੀ ਤੇ ਮੈਚ ਚਾਲੂ ਹੋ ਗਿਆ ਸਾਡੀ ਦੋਵੇਂ ਜੋੜੀ ਚੱਲੀ ਆ ਇੱਕ ਕਮਾਲ ਉਹ ਥਾਰ ਆ ਗਈ ਸਾਡੀ ਭਾਜੀ ਮੈਨੂੰ ਨਾ ਲੈ ਜਾਓ ਬੈਸਟ ਮਾਰ ਕੇ ਨੀ ਸਕੋਰ ਚੱਲੀ ਥਾਰ ਅਸੀਂ ਹੁਣ ਬੈਗ ਤਿਆਰ ਕਿੱਟ ਦੇ ਤਿਆਰ ਕਰਨਾ ਗੱਡੀ ਵਿੱਚ ਲਾਡੀ ਭਾਜੀ ਭਾਜੀ ਕਰੋ ਗੱਡੀ ਸਟਾਰਟ ਹਾਂਜੀ ਅਸੀਂ ਕਾਰ ਚ ਬਹਿ ਗਏ ਆ ਤੇ ਉਧਰ ਚੱਲੇ ਆ ਉਧਰ ਗੱਡੀ ਵਾਲੇ ਮੇਰਾ ਮੋਟਰਸਾਈਕਲ ਉਧਰ ਆ ਉਹ ਮੈਂ ਉਹ ਖੜਨਾ ਨੀ ਆ ਤੇਲ ਬਹੁਤ ਘੱਟ ਆ ਤੇ ਆਹ ਸਾਡੇ ਭਾਜੀ ਆ ਇੱਕ ਹੋਰ ਭਾਜੀ ਅਸੀਂ ਲਾਵਾਂਗੇ ਗੱਡੀ ਉੱਥੇ ਥਾਰ ਕਿਤੇ ਆਪਣੀ ਉਹ ਥਾਰ ਆਪਣੀ ਉਧਰ ਆ ਥਾਰ ਤੇ ਲਾਵਾਂਗੇ ਆ ਹੈਗੇ ਲਾਡੀ ਭਾਜੀ ਮੇਰਾ ਉਸਤਾਦ ਤੇ ਇਹ ਬਹੁਤ ਬੰਦੇ ਨਾਈਸ ਆ ਭਾਜੀ ਆਉਂਦੇ ਤਿਆਰ ਇਹ ਤਾਂ ਬਾਏ ਮੰਡਣ ਨੂੰ ਜਾਣਾ ਭਾਜੀ ਨੇ ਬਾਏ ਭਾਈ ਤੀ ਜਾਣਾ ਹਾਂ ਸਾਡੀ ਹੋ ਗਈ 22 ਸਕੋਰ ਮੈਚ ਵਿੱਚ ਹੋ ਗਈ ਹੈ ਤੂੰ ਤੂੰ ਮਾਮਾ ਤੇ ਭਾਈ ਕਿੰਨੀ ਸਕੋਰ ਹੋਈ ਲੰਮੇ ਪਏ ਆ ਭਾਜੀ ਤੁਹਾਨੂੰ ਕੀ ਹੁੰਦਾ 19 ਬਾਲਾਂ ਚ ਰਹਿ ਗਈ 24 ਸਕੋਰ ਆਹ ਲਾਈਵ ਟੈਲੀਕਾਸਟ ਭਾਜੀ ਨੀ ਵੀ ਭਾਈ ਤੁਹਾਡਾ ਨਾਂ ਕੀ ਆ ਹੈ ਅੱਛਾ ਦਲੇਰ ਭਾਜੀ ਨੀ ਆ ਗਏ ਪਹਿਲੋਂ ਆ ਗਏ ਲਾਵਾ ਲਾਡੀ ਭਾਈ ਸ਼ਾਬਾ ਉਨੀਆਂ ਬੋਲਾ ਦੇਈ ਸ਼ਾਬਾ 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 ਖੇਡੋ ਖੇਡੋ ਅਪੀਲ ਪੈ ਕਿੰਨੇ ਲੱਗੇ ਭਾਜੀ 3000 ਲੱਗਾ 3000 ਲੱਗੇ 3000 ਲੱਗਾ ਰੁਪਿਆ ਮੈਚ ਸਾਡਾ ਆ ਗਿਆ ਫਸ ਗਿਆ ਤੇ ਤਿੰਨਾਂ ਬੋਲਾਂ ਚਾਹੀਦੀ 7 ਸਕੋਰ ਹੁਣ ਦੋਵਾਂ ਬੋਲਾਂ 6 ਸਕੋਰ ਬਹੁਤ ਫਸ ਗਿਆ ਦੱਸਣ ਬਹੁਤ ਖਾਣ ਦੋਵਾਂ ਬੋਲਾਂ ਚ 6 ਸਕੋਰ ਹੈਗੀ ਨਾ ਭਾਜੀ ਮੈਚ ਪੂਰਾ ਫਸ ਗਿਆ ਸਾਰੀ ਟਫ ਗੇਮ
ਕੌਂਟੀ ਨੀ ਕਿਰਦੇ ਤਾਂ 3000 ਲੱਗੀ ਕੌਂਟੀ ਇੱਕ ਬਾਲ ਚ 6 ਰਨ ਖਤਮ ਟਾਟਾ ਬਾਬਾ ਇਹ ਮੈਚ ਹਾਰ ਚੁੱਕੇ ਹੈ ਇੱਕ ਬਾਲ ਚ 6 ਚਾਹੀਦੀ ਆ ਲਾਡੀ ਭਾਜੀ ਵੇਖੋ ਕੀ ਆਏ ਖੇਡ ਕੇ ਦੱਸੋ ਚੱਕਾ ਨਾ ਹੋ ਜੇ ਵਾਈਡ ਦਾ 50 ਆ ਭਾਈ ਨੇ ਮਾਰੀ ਕਾਫੀ ਸਕੋਰ ਇਹ ਆ ਗਏ ਭਾਈ ਤੀ ਕਿੰਨੀ ਮਾਰੀ ਸਕੋਰ 80 ਮਾਰੀ ਆ ਵੈਰੀ ਗੁੱਡ ਅਸੀਂ ਮੈਚ ਹਾਰ ਗਏ ਆ ਪੁਰੀ ਨੇ ਲਾਸਟ ਬਹੁਤ ਕੁਛ ਨੀ ਮਾਰਿਆ ਤੇ ਹੁਣ ਵਾਪਸ ਚੱਲੇ ਆ ਗੱਡੀ ਤੇ ਮੈਂ ਤੇ ਜਾਣਾ ਨੀ ਭਾਈ ਨੂੰ ਜਾਣਾ ਹਾਂਜੀ ਅਸੀਂ ਹੁਣ ਉੱਥੇ ਜਾਣ ਲੱਗੇ ਪਿੰਡ ਤੇ ਭਾਜੀ ਚੰਗਾ ਜੀ ਸਾਡੇ ਭਾਜੀ ਆ ਕੋਚ ਸਾਡੇ ਸਭ ਤੋਂ ਮੇਨ ਬੰਦੇ ਉਹੀ ਆ ਤੇ ਆ ਵੀ ਭਾਜੀ ਆ ਓਕੇ ਲਾਡੀ ਭਾਜੀ ਚੰਗਾ ਜੀ ਆਪਾਂ ਚੱਲੀ ਫਿਰ ਆਪਾਂ ਚੰਗਾ ਜੀ ਬਾਏ ਬਾਏ ਸਾਰੇ ਹੁਣ ਆਪੋ ਆਪਣੇ ਘਰ ਚੱਲੇ ਹਾਂਜੀ ਜੀ ਅਸੀਂ ਆ ਗਏ ਹਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਥੇ ਪਾਣੀ ਪੀਤਾ ਜੀ ਇੱਧਰੋਂ ਆਈ ਏਦਾਂ ਮੁੜ ਗਏ ਆਹ ਸ਼ੋਰਟਕੱਟ ਭਾਜੀ ਤੇ ਰਾਸਤਾ ਦੇ ਦੱਸਣ ਨਾਕੇ ਨੁਕੇ ਤੇ ਦਹੀਂ ਅੰਬ ਚੌਣ ਪੇਪਰ ਪੁਪਰ ਕੁਛ ਨੀ ਹੈਗਾ ਲਾਇਸੈਂਸ ਵੀ ਨੀ ਹੈਗਾ ਮੇਰੇ ਕੋਲ ਤੇ ਭਾਜੀ ਨੇ ਬਹੁਤ ਇੱਥੋਂ ਦਾ ਜੀ ਨਾਕੇ ਦਾ ਪਤਾ ਉਹ ਤਾਂ ਹੈ ਮੇਰਾ ਇਲਾਕਾ ਭਾਜੀ ਨੂੰ ਨਾਕਾ ਹੈ ਭਾਈ ਦਾ ਪਰ ਬਟ ਮੈਨੂੰ ਇੰਨਾ ਪਤਾ ਨੀ ਹੈਗਾ ਕਿਉਂ ਭਾਜੀ ਮੈਨੂੰ ਲੱਗ ਗਿਆ ਪਤਾ ਤੇ ਹੁਣ ਭਾਈ ਏਦਾਂ ਹੀ ਇੱਥੋਂ ਆਇਆ ਕਹਿੰਦਾ ਕਿਆ ਭਾਈ ਵਧੀਆ ਵਧੀਆ ਨਾਕੇ ਦੇ ਬਚਾਉਂਦੇ ਆ ਅੱਗੇ ਨਾ ਗਿਆ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਰੇਲਵੇ ਸਟੇਸ਼ਨ ਦੇ ਅਸੀਂ ਆਉਂਦੇ ਆ ਬੈਕ ਸਾਈਡ ਨਾਕੇ ਤੋਂ ਬਚ ਕੇ ਅੱਜ ਹਾਰ ਗਏ ਆ ਲੈ ਇੱਥੇ ਪਹੁੰਚੇ ਆਪਾਂ ਆਣ ਕੇ ਸਤਰ ਥਾਣੇ ਚ ਪਹੁੰਚ ਗਏ ਆ ਅੰਮ੍ਰਿਤਸਰ ਦਲਾਂਕਾ ਮਾਮਿਆਂ ਤੋਂ ਬਚਾ ਕੇ ਹਾਂਜੀ ਅਸੀਂ ਖਾਲਸਾ ਕਾਲਜ ਲਾਗੇ ਪਹੁੰਚ ਚੁੱਕੇ ਹਾਂ ਬਸ ਇੱਧਰ ਨਾਲ ਹੀ ਮੇਰਾ ਪਿੰਡ ਆ ਛਾਪੜ ਖਿੜੀ ਪਹਿਲਾਂ ਨਾ ਖਾਲਸਾ ਕਾਲਜ ਫਿਰ ਆਉਣਾ ਕੰਡ ਵਾਲਾ ਫਿਰ ਆਉਣਾ ਫਿਰ ਆਉਣਾ ਸੋਹਣਾ ਜਿਹੜਾ ਮੈਂ ਲੈ ਕੇ ਪਰਸ ਇੱਕ ਹੁਣ ਹੁਣ ਨੀ ਲੈ ਕੇ ਹਾਂਜੀ ਮੈਂ ਮੁੱਥ ਧੋ ਲਿਆ ਮੈਂ ਨਹਾ ਪਹਿਲੋਂ ਲਿਆ ਸੀ ਤੇ ਹੁਣ ਅੱਛੀ ਚੱਲੇ ਆ ਛਿਆੜਾ ਸਾਹਿਬ ਮੈਂ ਤੇ ਮੇਰੇ ਤਾਏ ਦਾ ਬੇਟਾ ਤੇ ਆਪਾਂ ਚਾਹ ਪੀ ਕੇ ਚੱਲਦੇ ਹਾਂ ਗੁਰਦੁਆਰਾ ਮੱਥਾ ਟੇਕਣਾ ਤੇ ਉੱਦਾਂ ਅਸੀਂ ਜਾਂਦੇ ਹੁੰਦੇ ਹਾਂ ਇਸ ਟਾਈਮ ਮੱਥਾ ਟੇਕਣ ਵਾਸਤੇ ਤੇ ਹਾਂਜੀ ਮੰਮਾ ਚਾਹ ਪੀ ਕੇ ਚੱਲੇ ਚਾਹ ਮੇਰੀ ਮੰਮਾ ਚਾਹ ਅੱਛੀ ਗੱਲ ਸਾਰਿਆਂ ਨੂੰ ਹਾਂਜੀ ਚੱਲੇ ਜਾਣਾ ਮੱਥਾ ਟੇਕਣ ਆ ਜਾਓ ਹੈ ਤਾਂ ਮੈਨੂੰ ਮੇਰਾ ਤਾਏ ਦਾ ਮੁੰਡਾ ਆਂਦਾ ਵਿੱਕੀ ਛੇਤੀ ਤਿਆਰ ਹੋ ਮੈਂ ਬਾਥਰੂਮ ਜਿਹਦੇ ਇਹਦਾ ਤਿਆਰ ਹੋ ਤਿਆਰ ਆਪ ਹਲੇ ਹੋਏ ਨੀ ਤਿਆਰ ਇਹ ਹੁਣ ਬੰਦਾ ਕਹਿੰਦਾ ਇਹ ਹੁਣ ਸਿਰ ਤੇ ਬੰਨਣ ਲੱਗੇ ਪਰਨਾ ਤੇ ਅਸੀਂ ਜਾਣ ਲੱਗੇ ਹਾਂ ਗੁਰਦੁਆਰੇ ਹੈ ਵਿੱਕੀ ਭਾਈ ਬਿਨਾਂ ਕਿ ਚਾਹ ਤੇ ਚਾਹ ਆ ਗਈ ਆ ਮੰਮਾ ਨੇ ਰੱਖਤੀ ਆ ਤੇ ਵਿੱਕੀ ਵੀਰ ਜੀ ਹੁਣ ਦੇ ਪਰਨਾ ਬੰਨਣ ਹਾਂਜੀ ਵੀਰ ਜੀ ਹੋ ਗਏ ਤਿਆਰ ਆ ਜਾਓ ਭਾਜੀ ਇਹ ਆਪਣਾ ਤਾਏ ਦਾ ਮੁੰਡਾ ਨਾ ਆਪਣਾ ਦਾਦੂ ਵਿਕਰਮ ਤੇ ਉੱਤੇ ਇੰਸਟਾ ਆਈਡੀ ਤੇ ਵਿਕਨ ਰਾਈਟਰ ਹੈ ਵਿਕਨ ਰਾਈਟਰ ਅੱਛਾ ਅੱਛਾ ਇਹਨਾਂ ਨੂੰ ਜਾ ਕੇ ਫੋਲੋ ਕਰਨਾ ਸ਼ਾਇਰੀ ਬਹੁਤ ਵਧੀਆ ਲਿਖਦੇ ਆ ਤੇ ਜਿਨ੍ਹਾਂ ਨੂੰ ਕੋਈ ਵਧੀਆ ਸ਼ਾਇਰੀ ਚਾਹੀਦੀ ਆ ਇਹਨਾਂ ਨੂੰ ਮੈਸੇਜ ਕਰਦੇ ਇੰਸਟਾ ਤੇ ਬਹੁਤ ਵਧੀਆ ਸ਼ਾਇਰੀ ਲਿਖਦੇ ਆ ਵਿੱਕੀ ਵੀਰ ਜੀ ਹੁਣ ਮੋਸਾ ਸਟਾਰਟ ਕਰਨਗੇ ਹਾਂਜੀ ਜੀ ਅਸੀਂ ਹੁਣ ਇੱਥੇ ਆਏ ਹਾਂ ਛੜਾ ਸਾਹਿਬ ਮੱਥਾ ਟੇਕਣ ਵਾਸਤੇ
ਤੇ ਅਸੀਂ ਚਲੋ ਮੱਥਾ ਤੇਰੇ ਨਾਲ ਤਾਂ ਤੁਸੀਂ ਮੱਥਾ ਟਕਾਉਂਦੇ ਹਾਂਜੀ ਜੀ ਅਸੀਂ ਹੁਣੇ ਲਏ ਮੱਥਾ ਟੇਕ ਕੇ ਆਏ ਆ ਮੈਂ ਤਾਂ ਮੇਰਾ ਵੀਰ ਅਵੇ ਖਾਲਸਾ ਜੀ ਖਾਲਸਾ ਜੀ ਚੜ੍ਹਦੀ ਕਲਾ ਜੀ ਚਲੋ ਕਹਿਣ ਚਾਹੀਦਾ ਫਿਰ ਹੁਣ ਪ੍ਰਸ਼ਾਦਾ ਛਕਾਂਗੇ ਤੇ ਅਭੀ ਮੇਰਾ ਵੀਰ ਨਾਲ ਹੀ ਛਕੂਗਾ ਸ਼ਾਇਦ ਜਾਂ ਇਹ ਆਪਣੇ ਘਰ ਛਕੂਗਾ ਫਿਰ ਪ੍ਰਸ਼ਾਦਾ ਛਕ ਕੇ ਫਿਰ ਆਪਾਂ ਫਿਰ ਮਿਲਦੇ ਹਾਂਜੀ ਜੀ ਅਸੀਂ ਹੁਣ ਮੈਂ ਪ੍ਰਸ਼ਾਦਾ ਦਿਆਂ ਛਕਣਾ ਮੰਮਾ ਮੇਰੀ ਤੇ ਹਾਂਜੀ ਮੰਮਾ ਜੀ ਛਕਣਾ ਪ੍ਰਸ਼ਾਦਾ ਕਿ ਨਹੀਂ ਛਕਣਾ ਹਲੇ ਮਿਲ ਲਓ ਔਖਾ ਨਾ ਫਿਰ ਹਾਂਜੀ ਸਾਡਾ ਆ ਗਿਆ ਦੁੱਧ ਮੇਰਾ ਫੇਵਰੇਟ ਐਸਲ ਹੈ ਮੰਮਾ ਪਿਆਉਂਦੀ ਮੰਮਾ ਤੇ ਮੇਰਾ ਵੀਰ ਇੱਥੇ ਅੱਜ ਹਾਂਜੀ ਵੀਰ ਜੀ ਖਾਣਾ ਖਾ ਲਿਆ ਖਾਣਾ ਲੈ ਠੀਕ ਹੈ ਠੀਕ ਹੈ ਹੋਰ ਮੇਰਾ ਭਰਾ ਚੇਤਾ ਕਾਇਮ ਬਸ ਚੜ੍ਹਦੀ ਕਲਾ ਮੇਰਾ ਭਰਾ ਸਾਡਾ ਖਾਲਸਾ ਜੀ ਦੇਹ ਪ੍ਰਸਾਦਾ ਸ਼ਗਨ ਮੰਮੀ ਮੇਰੀ ਵੇ ਹੋਰ ਕੁਛ ਹਾਂਜੀ ਖਾਲਸਾ ਜੀ ਬਸ ਸਾਰੇ ਮੈਂ ਛਕ ਲਿਆ ਬਾਕੀ ਇਹਨਾਂ ਨੂੰ ਪੁੱਛ ਲਓ ਸਾਰਿਆਂ ਨੂੰ ਹਾਂਜੀ ਜੇ ਤੁਹਾਨੂੰ ਮੇਰਾ ਆਹ ਵਲੌਗ ਵਧੀਆ ਲੱਗਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਅੱਜ ਮੈਂ ਚਾਹੀਦਾ ਹਾਰ ਗਏ ਕੀ ਕਰ ਸਕਦੇ ਹਾਂ ਚਲੋ ਜੋ ਹੁੰਦਾ ਇੱਕ ਇੱਕ ਨਾ ਦੋ ਟੀਮਾਂ ਹੀ ਇੱਕ ਨੇ ਹਾਰਨਾ ਇੱਕ ਨੇ ਜਿੱਤਣਾ ਹੈ ਚਲੋ ਤੇ ਅਸੀਂ ਕੱਲ੍ਹ ਨੈਕਸਟ ਕੋਈ ਵਧੀਆ ਵਲੌਗ ਲੈ ਕੇ ਆਵਾਂਗੇ ਤੇ ਮੇਰੇ ਚੈਨਲ ਨੂੰ ਸਪੋਰਟ ਕਰਨਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਗਾਹ ਆਪਣੇ ਜੋ ਵੀ ਤੁਹਾਡੇ ਫੈਮਿਲੀ ਮੈਂਬਰ ਹੈ ਤੇ ਉਹਨਾਂ ਨੂੰ ਗਾਹ ਸ਼ੇਅਰ ਕਰ ਦਿਓ ਠੀਕ ਆ ਓਕੇ ਬਾਏ ਬਾਏ।